ਅਸਲਾਮ ਅਲੈਕੁਮ, ਮੈਂ ਜੀ ਤੁਹਾਡਾ ਸਲਮਾਨ ਅਲੀ ਆਗਾ ਅਤੇ ਮੇਰਾ ਮੌਜੂਦ ਨੇ ਇਸ ਟਾਈਮ ਮੈਨ ਆਫ ਦਾ ਮੂਮੈਂਟ, ਮੈਨ ਆਫ ਦਾ ਮੈਚ ਸਾਡੇ ਸਭ ਦੇ ਅਜ਼ੀਜ਼ ਰਾਣਾ ਫਹੀਮ ਅਸ਼ਰਫ ਆਏ, ਇਨਸੇ ਬਾਤ ਕਰਤੇ ਹਾਂ। ਹਾਂਜੀ ਰਾਣਾ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਫਸਟ ਆਫ ਆਲ ਮੈਨ ਆਫ ਦਾ ਮੈਚ, ਗ੍ਰੇਟ ਪਰਫਾਰਮੈਂਸ, ਮਤਲਬ ਮੈਚ ਜਿੱਤਣਾ ਥਾ ਹਮ ਲੋਗੋ ਕੋ ਵੈਰੀ ਇੰਪੋਰਟੈਂਟ ਥਾ ਐਂਡ ਰਾਣਾ ਸਟੂਡ ਆਊਟ। ਰਾਣਾ ਜੀ ਕੈਸਾ ਲੱਗ ਰਿਹਾ? ਕੈਸਾ ਲੱਗ ਰਿਹਾ? ਉਰਦੂ ਬੋਲੀ ਮੈਂ ਫਸ ਗਿਆ, ਮੈਂ ਹੁਣ ਕੀ ਕਹਾਂ? ਕੈਸਾ ਲੱਗ ਰਿਹਾ ਯਾਰ? ਦੇਖੋ ਆਗਾ ਸਾਹਿਬ, ਇਸ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਕਿ ਤੁਸੀਂ ਵੀ ਮਾਸ਼ਾਅੱਲਾ ਕਿੰਨੀ ਦਫਾ ਬਣੇ ਹੋਏ ਕਿ ਇਨਸਾਨ ਹਵਾਵਾਂ 'ਚ ਉੱਡ ਰਿਹਾ ਹੁੰਦਾ ਕਿ ਜਦੋਂ ਕੁਛ ਨਾ ਹੋ ਰਿਹਾ ਹੋਵੇ ਫਿਰ ਤੁਸੀਂ ਪਰਫਾਰਮੈਂਸ ਹੋਵੋ, ਮੈਨ ਆਫ ਦੀ ਮੈਚ ਹੋਵੋ, ਤਾਂ ਇੱਕ ਡਿਫਰੈਂਟ ਫੀਲਿੰਗ ਹੁੰਦੀ ਹੈ। ਹਾਂਜੀ, ਮਤਲਬ ਜ਼ਾਹਿਰ ਗੱਲ ਹੈ ਪਿਛਲੇ 5-6 ਗੇਮ ਤੋਂ ਮਤਲਬ ਥੋੜ੍ਹਾ ਟਫ ਜਾ ਰਿਹਾ ਸੀ ਤੁਹਾਡੇ ਲਈ ਐਂਡ ਤੁਸੀਂ ਉਹਦੇ 'ਚ ਆ ਕੇ ਔਰ ਪਰਫਾਰਮੈਂਸ ਕੀਤੀ ਹੈ ਟੀਮ ਲਈ ਔਰ ਟੀਮ ਲਈ ਮੈਚ ਜਿੱਤਣਾ ਵੀ ਬੜਾ ਇੰਪੋਰਟੈਂਟ ਸੀ, ਉਹ ਜਿਹੜਾ ਉਸ ਬਾਰੇ ਦੱਸੋਗੇ ਕਿਵੇਂ ਆਪਣੇ ਆਪ ਨੂੰ ਤੁਸੀਂ ਪ੍ਰਪੇਅਰ ਕੀਤਾ ਇਸ ਮੈਚ ਲਈ ਅਤੇ ਕਿਵੇਂ ਤਿਆਰ ਕੀਤਾ, ਕਿਉਂਕਿ ਵੈਰੀ ਇੰਪੋਰਟੈਂਟ ਗੇਮ ਸੀ ਸਾਡੇ ਲਈ। ਮੇਰੀ ਨਾ ਸ਼ੁਰੂ ਤੋਂ ਹੀ ਕੋਸ਼ਿਸ਼ ਮੇਰੀ ਨਾ ਰਿਆਨ ਬਾਈ ਨਾਲ ਗੱਲ ਵੀ ਹੁੰਦੀ ਰਹੀ ਸੀ, ਮੈਂ ਭਾਵੇਂ ਲੜਦਾ ਰਿਹਾ ਜੋ ਵੀ ਕਰਦਾ ਰਿਹਾ, ਰਿਆਨ ਬਾਈ ਪਾਣੀ ਡੇਗ ਰਿਹਾ ਤੇਰਾ, ਰਿਆਨ ਬਾਈ ਇਹੀ ਕਹਿੰਦੇ ਸੀ ਕਿ ਰਾਣਾ ਤੂੰ ਟੈਨਸ਼ਨ ਨਹੀਂ ਲੈਣੀ, ਤੂੰ ਸਾਡਾ ਮੇਨ ਪਲੇਅਰ ਹੈ। ਤੇ ਮੇਰੀ ਵੀ ਇਹੀ ਕੋਸ਼ਿਸ਼ ਸੀ ਯਾਰ, ਕਿਉਂਕਿ ਲੋਰ ਵੀ ਥੋੜੀ ਬਹੁਤੀ ਵਾਰੀ ਆਈ ਹੈ, ਜਿੱਥੇ ਵੀ ਵਾਰੀ ਆਈ ਨਾ ਤੇ ਉਹ ਜੋ ਚਾਹੀਦਾ ਸੀ ਨਾ ਉਹ ਹੁੰਦਾ ਸੀ, ਤੇ ਫਿਰ ਇਹ ਚੀਜ਼ ਜੋ ਇਨਸਾਨ ਚਾਹ ਰਿਹਾ ਹੋਵੇ ਉਹ ਹੋ ਰਿਹਾ ਹੋਵੇ ਨਾ, ਫਿਰ ਇਨਸਾਨ ਆਪਣੇ ਆਪ ਨੂੰ ਡਾਊਨ ਨਹੀਂ ਕਰਦਾ। ਸਰ ਰਾਣਾ ਜੀ ਦੀ ਇੱਕ ਗੱਲ ਹੈ ਕਿ ਮੈਨ ਆਫ ਕ੍ਰਾਈਸਿਸ, ਵੈਨ ਐਵਰ ਟੀਮ ਕ੍ਰਾਈਸਿਸ 'ਚ ਰਾਣਾ ਵਿਲ, ਰਾਣਾ ਆਏਗਾ ਤੇ ਰਾਣਾ ਜਨ ਛਾ ਜਾਏਗਾ। ਕੱਲ੍ਹ ਵੀ ਤੁਸੀਂ ਦੇਖਿਆ ਹੋਏਗਾ ਮੈਚ ਦਾ, ਆਲਮੋਸਟ ਜਿਹੜਾ ਮੈਚ ਤਾਂ ਚੱਲਿਆ ਸੀ ਅਤੇ ਅੱਜ ਤਾਂ ਮਾਸ਼ਾਅੱਲਾ ਜੀ ਤਾਂ ਆ ਹੀ ਜਿੱਤਾ। ਅਸੀਂ ਵੀ ਸਾਰੇ ਇਹੀ ਸਮਝਦੇ ਹਾਂ ਕਿ ਯਾਰ ਰਾਣਾ ਸਾਡਾ ਮੈਚ ਵਿਨਰ ਹੈ ਅਤੇ ਅੱਜ ਉਹਨੇ ਮੈਚ ਦੀ ਪਰਫਾਰਮੈਂਸ ਵੀ ਕੀਤੀ ਹੈ, ਅਤੇ ਦੱਸੋ ਬੋਲਿੰਗ ਦੇ ਬਾਰੇ ਦੱਸੋ ਕਿ ਅੱਜ ਕੀ ਪਲਾਨ ਸੀ ਬੋਲਿੰਗ ਦੇ ਬਾਰੇ 'ਚ। ਪਲਾਨ ਸਾਡੇ ਦੋ ਬੋਲ ਮੇਨ ਬੋਲਰ ਹੈ ਨਹੀਂ ਸੀ, ਨਸੀਮ ਅਤੇ ਰੋਮੀ ਬਾਈ, ਅਤੇ ਥੋੜ੍ਹਾ ਜਿਹਾ ਹੈ ਸੀ ਕਿ ਯਾਰ ਅਗਰ ਉਹ ਨਹੀਂ ਆਇਆ ਤਾਂ ਟੀਮ ਨੂੰ ਥੋੜ੍ਹਾ ਨਾ ਫਰੰਟ ਤੋਂ ਲੀਡ ਕਰਨਾ, ਕਿਉਂਕਿ ਹੁਨੈਨ ਲਈ ਛੋਟਾ ਹੈ ਟਾਈਮ ਵਾਲੇ, ਨੋ ਡਾਊਟ ਉਹ ਦੁਨੀਆ ਦਾ ਬੈਸਟ ਬੋਲਰ, ਲੇਕਿਨ ਸਾਡੀ ਟੀਮ ਵੱਲੋਂ ਸਾਡੀ ਲੀਗ 'ਚ ਇੱਥੇ ਪਿੰਡੀ 'ਚ ਡਿਫਰੈਂਟ ਕੰਡੀਸ਼ਨ ਹੈ, ਅਤੇ ਕੋਸ਼ਿਸ਼ ਆਇਆ ਸੀ ਕਿ ਸਾਡੀ ਟੀਮ ਨੂੰ ਇਹ ਨਾ ਲੈਟ ਡਾਊਨ ਨਾ ਕਰੀਏ ਕਿ ਐਜ਼ ਅ ਬੋਲਿੰਗ ਯੂਨਿਟ। ਅਤੇ ਫਿਰ ਪਹਿਲੀ ਗੇਂਦ ਦੇ ਛਿੱਕਾ, ਪਹਿਲੀ ਗੇਂਦ ਮੈਨੂੰ ਉਹਨੇ ਪੁੱਛਿਆ ਹੈਦਰ ਨੇ ਕੀ ਕੀਤਾ, ਕੱਲ੍ਹ ਤੋਂ ਨਹੀਂ ਸ਼ੁਰੂ ਕੀਤਾ ਸੀ? ਮੈਂ ਕਿਹਾ ਹੈਦਰ ਬਸ ਉਹਨੇ ਗੇਂਦ ਕਰਾਤੀ, ਅੱਲਾ ਵੱਲੋਂ ਚਲਾ ਗਿਆ, ਜਾਂਦਾ ਹੀ ਗਿਆ ਫਿਰ ਛੱਕਾ। ਚਲੋ ਜੀ, ਸਭ ਕੋ ਬਹੁਤ ਸ਼ੁਕਰੀਆ ਆਪ ਸਭ ਕਾ, ਹਮੇ ਦੁਆਓ ਮੇਂ ਯਾਦ ਰੱਖੀਏ ਔਰ ਕੋਸ਼ਿਸ਼ ਕਰੇਂਗੇ ਕਿ ਆਗੇ ਨੈਕਸਟ ਮੈਚ ਵੈਸੇ ਬਣਾਉਣ ਦਾ। ਰਾਣਾ ਜੀ ਬੜੀ ਮਿਹਰਬਾਨੀ ਭਾਈ ਆ।